ਵਿਦੇਸ਼ੀ ਮਹਿਲਾ ਦੇ ਟਰਾਲੀ ਬੈਗ ਦੇ ਵਿੱਚੋਂ 10 ਕਿਲੋ ਕੋਕੀਨ ਬਰਾਮਦ ਹੋਈ। ਟਰਾਲੀ ਬੈਗ ਦੇ ਵਿੱਚ ਇਹ ਨਸ਼ਾ ਲੁਕਾ ਕੇ ਲਿਆ ਰਹੀ ਸੀ ਤਾਂ DRI ਦੇ ਵੱਲੋਂ ਇਸ ਦਾ ਪਰਦਾਫਾਸ਼ ਕੀਤਾ ਗਿਆ। ਬਰਾਮਦ ਕੀਤੀ ਗਈ ਕੋਕੀਨ ਦੀ ਕੀਮਤ 100 ਕਰੋੜ ਦੱਸੀ ਜਾ ਰਹੀ ਹੈ। DRI ਦਾ ਮੁੰਬਈ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ। ਵਿਦੇਸ਼ੀ ਮਹਿਲਾ ਦੇ ਕੋਲੋਂ 10 ਕਿਲੋ ਕੋਕੀਨ ਡਰੱਗ ਬਰਾਮਦ ਕੀਤਾ ਗਿਆ। ਇਹ ਡਰੱਗ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਕੀਮਤ 100 ਕਰੋੜ ਹੈ। ਟਰਾਲੀ ਬੈਗ ਦੇ ਵਿੱਚ ਲੁਕਾ ਕੇ ਇਹ ਵਿਦੇਸ਼ੀ ਮਹਿਲਾ ਲਿਆ ਰਹੀ ਸੀ ਜਿਸ ਦਾ DRI ਦੇ ਵੱਲੋਂ ਐਕਸ਼ਨ ਕੀਤਾ ਗਿਆ, ਪਰਦਾਫਾਸ਼ ਕੀਤਾ ਗਿਆ। ਸੋ ਹੁਣ ਇਸ ਵਿਦੇਸ਼ੀ ਮਹਿਲਾ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਨਸ਼ਾ ਕਿੱਥੋਂ ਲੈ ਕੇ ਆਈ ਸੀ ਤੇ ਕਿੱਥੇ ਇਸ ਨੇ ਸਪਲਾਈ ਕਰਨਾ ਸੀ।